ਪਾਇਨ ਇੰਨਾ ਪਿਆ ਤੁਹਾਨੂੰ ਨਜ਼ਰ ਨਹੀਂ ਆਉਂਦਾ ਕਾਣੇ ਜੇ ਤੇ ਪੈਣਾ ਹੀ ਨਹੀਂ ਪੈਣ ਮੈਨੂੰ ਨਾ ਜਿੰਦਾ ਗੋਸ਼ ਚਾਹੀਦਾ ਜੇ ਜਾਂ ਕੋਈ ਪੈਣ ਮੈਨੂੰ ਡਾਂਸਰ ਮੁਰਗੀ ਦੇ ਦਿਓ ਡਾਂਸਰ ਮੁਰਗੀ ਜਿਹੜੀ ਘਰ ਜਾ ਕੇ ਡਾਂਸ ਦੋਸ ਵੀ ਕਰੇ ਗਾਣੇ ਤੇ ਮੇਰਾ ਭਰਾ ਐ ਲੈ ਅੱਖ ਵਾਲੀ ਮੁਰਗੀ ਕਿਵੇਂ ਦੀ ਤੂੰ ਸ਼ੈ ਹੈਗੀ ਨਾ ਭੈਣ ਕੀ ਗੱਡਰ ਸਾਫ ਕਰਨ ਲੱਗੇ ਹੋ ਤੁਸੀਂ रुलते गया पर चस बढ़िया रुलते गया पर चस जो बेवफा जा उससे प्यार नहीं करना बेवफा चंगा दिन गुजार दे कोई बंदा चंगा लग जाए नहीं करना। अस्सलाम वालेकुम भाई। वालेकुम अस्सलाम जी भैन की हाल जे। अल्लाह का शुक्र भैन तुम सुना ठीक हो। भैन गोश्त लेना भैन गोश्त लेना है केड़ा गोश्त लेना है कुछ दसोगे भी लंगड़ी मुर्गी का कहाँ पे जिसकी टांग रही हूँ उसका भैन बुखा दो जड़ा भी तेरे को गोश्त है जो मर्जी मर्जी भैन इन्ना पिया तो नज़र नहीं आता कहने जे नहीं भैन मैं ना जिंदा गोश्त चाहिए जी जिंदा जिंदा मुर्गी चाहिए जिंदा गोश्त चाहिए तुम मैं रेट रूट दस दो ना फिर जोड़ा रेट मैं पसंद आया मैं देख लाँगा जोड़ा मैं रेट चंगा लगा रेट रेट जिंदा मुर्गी चाहिए मरी चाहिए उस लिहाज न दसागा तेन जिंदा का की रेट है जिंदा 200 दी है तो मुर्दा मुर्दा 350 दी मुर्दा भी देंगे दे मुर्दा भी देंगे दे या लाल करके दें क्या ले ले पे ने मरिया ही ने मैं ਤੁਹਾਡੇ ਕੋਲ ਦੇਸੀ ਮੁਰਗੀ ਆਏ ਦੇਸੀ ਵੀ ਮਿਲ ਜਾਏਗੀ ਠੀਕ ਹੋ ਗਿਆ ਮੈਨੂੰ ਮੁਰਗੀ ਵਿਖਾ ਦਿਓ ਕੋਈ ਜੇ ਤੁਹਾਡੇ ਕੋਲ ਜਿਹੜੀਆਂ ਪਈਆਂ ਨੇ ਮੈਂ ਵੇਖ ਲੈਂਦਾ ਸਰ ਮੁਰਗੀਆਂ ਹੀ ਪਈਆਂ ਨੇ ਇਹ ਕੀ ਪਿਆ ਮੈਨੂੰ ਜਿੰਦਾ ਮੁਰਗੀ ਸੇਵਾ ਕਰਵਾਉਣੀ ਮੈਂ ਫਰੈਸ਼ ਗੋਸ਼ਤ ਲੈ ਕੇ ਜਿੰਦਾ ਤੇਰੇ ਸਾਹਮਣੇ ਥੱਲੇ ਲੱਗੀਆਂ ਨੇ ਮੈਨੂੰ ਤੁਹਾਡੇ ਤੇ ਇਤਬਾਰ ਨਹੀਂ ਹੈਗਾ ਮੈਨੂੰ ਮੁਰਗੀਆਂ ਵਿਖਾ ਦਿਓ ਜਿੰਦਾ ਮੁਰਗੀ ਜਿੰਦਾ ਖਤਮ ਹੋ ਗਈਆਂ ਨੇ ਹੁਣ ਮੁਰਦਾ ਹੀ ਨੇ सारा तुम माल खाली करके सारिया काटतिया ने भैन ओ भैन की हो गया तुम होश है इधर आओ इधर इधर आके जरा कोई अच्छा भैन पहले मेरी गल सुन लो भैन मैनू ना कोई बेवा मुर्गी चाहिए क्यों तू शादी करानी होंगी नहीं नहीं मैं कह रहा चलो लाई जाऊंगा घर मुर्गी कोई सिबा तुबा कर लेंगे या तेरे को सिबा करा बच्चे बुच्चे कटाने ने की करना तू दस तो सही या कोई भैन मैं डांसर मुर्गी दे दो डांसर मुर्गी जड़ी घर जाके डांस डूंस भी करे गाने ते तो माइकल जैक्सन बनाने तू ते नाल तुसी भी आई जाना पैसे पूसे लुट लेना जब पैसे मुर्गे तो सुटन गए हो तुसी चुकी जाना पैसे भाई असी मुर्गी वाले हैगे लुटेरे नहीं हैगे तुहाडे हिस्से दीआं मक्खियां मेरे ते बह रहीआं बह बह वेख अच्छा भैन तुसी मैनूं ना कोई मुर्गी विखा दिओ बैठो मुर्गी तू केड़ी मुर्गी वेखनी है एक मिनट भैन एक मिनट ए कड्डो बाहर भैन नहीं भैन ऐ नहीं ऐ नहीं ऐ वेख मुर्गी लैनी है ना ए कड्डो मुर्गी ध्यान ना तुहाडे को डर भी रही ने ऐली नहीं नहीं ऐली ਉਹਨੋਂ ਐਡੀ ਦੂਰ ਮੈਂ ਤੈਨੂੰ ਅੰਦਰ ਚ ਭੈਣ ਤੁਹਾਡੀ ਤਪਸ਼ ਬਹੁਤ ਹੈ ਨਾ ਐ ਲਈ ਬਹੁਤ ਦੂਰੀ ਤੇ ਭੈਣ ਮੈਂ ਕੀ ਕਰਾਂ ਦੂਰ ਤੇ ਚਲੋ ਐ ਲਈ ਫੜ ਲਿਓ ਭੈਣ ਨਹੀਂ ਨਹੀਂ ਐ ਲਈ ਨਹੀਂ ਭੈਣ ਕਿਹੜੀ ਉਹੀ ਫੜੀ ਜਾ ਰਹੇ ਜਿਹੜੀ ਮੈਂ ਤੁਹਾਨੂੰ ਪਹਿਲੇ ਕਹੀ ਹੈ ਹੋਰ ਕਿਹੜੀ ਫੜੀ ਆਪਣੇ ਗਾਹਕਾਂ ਨੂੰ ਕੋਈ ਸਹੀ ਤਰ੍ਹਾਂ ਡੀਲ ਹੀ ਨਹੀਂ ਕਰ ਰਹੇ ਯਾਰ ਚਲਾ ਜਾਂਦਾ ਨਹੀਂ ਹੈ ਜਾਂ ਸਿਫਤ ਬਾਜ਼ੀ ਕਰਨੀ ਹੈ ਕੋਈ ਜ਼ਬਰਦਸਤ ਫੜ ਉਹ ਫੜ ਐ ਫੜ ਮੁਰਗੀ ਫੜ ਤੁਹਾਡੀ ਤਾਂ ਸੁੱਤੀਆਂ ਪਈਆਂ ਨੇ ਕੋਈ ਅੱਛੀ ਜੀ ਮੁੰਡੀ ਮੁਰਗੀ ਕੱਢੋ ਬਾਹਰ ਬਿਮਾਰ ਜੀ ਜਿਹੜੀ ਪਹਿਲੇ ਕੱਢੀ ਉਹ ਪੈਨ ਐ ਮੁਰਗੀ ਫੜੋ ਜਰਾ ਫੜੋ ਤੇ ਸਹੀ ਉਹ ਐ ਨਹੀਂ ਪੈਨ ਨਾਲ ਵਾਲੀ ਐ ਉਹ ਪੈਨ ਐ ਕੱਢ ਲੋ ਉਬਲ ਗਿਆ ਨਹੀਂ ਐ ਰਹਿਣ ਦਿਓ ਪੈਨ ਐ ਕੱਢੋ ਤੂੰ ਮੇਰਾ ਭਰਾ ਤੂੰ ਲੈਣੀ ਲੂਣੀ ਕੋਈ ਨਹੀਂ ਐ ਤੂੰ ਮੇਰਾ ਭਰਾ ਮੁਰਦਾ ਖਾ ਤੇ ਜਾ ਮੁਰਗੀ ਕੱਢ ਦੋ ਐਵੇਂ ਟਾਈਮ ਨਾ ਦਇਆ ਕਰੋ ਮੁਰਗੀ ਕੱਢੋ ਐ ਤੈਨੂੰ ਮੈਂ ਕਵਾ ਜੀਵਾ ਕਰਕੇ ਨਾ ਦੇ ਦਾਂ ਪੈਨ ਐ ਮੁਰਗੀ ਜਦੋਂ ਮੈਂ ਦਿੱਲੀ ਇਥੋਂ ਲੰਘਣਾ ਮੈਨੂੰ ਇੰਜ ਇੰਜ ਕਰਦੀ ਐ ਇਹਦਾ ਕੁਝ ਕਰੋ ਵੇਖੋ ਮਾਵਾ ਦੀ ਰਾਤ ਪੈਦਾ ਹੋਣ ਵਾਲਿਆ
ਕੱਢੋ ਦਵਾ ਖਾ ਤੇ ਜਾ ਪੈਣ ਨਾ ਮੁਰਗੀ ਤੇ ਵਿਖਾ ਦੋ ਯਾਰ ਕਿਹੜੀ ਜਿਹੜੀ ਹੱਥ ਲਾਵਾਂ ਤੂੰ ਕਹਿੰਦਾ ਨਹੀਂ ਚਾਹੀਦੀ ਉਹ ਤੁਸੀਂ ਜਿਹੜੀਆਂ ਮੁਰਗੀਆਂ ਸੁੱਤੀਆਂ ਪਈਆਂ ਉਹਨਾਂ ਨੂੰ ਜਗਾਈ ਜਾ ਰਹੇ ਹੋ ਜਿਹੜੀ ਜਾਗਦੀ ਹੈ ਉਹਨਾਂ ਕੱਢੋ ਬਾਹਰ ਯਾਰ ਸੁੱਤੀ ਏ ਜਾਗੀ ਏ ਜੋ ਵੀ ਏ ਤੂੰ ਲੈਣੀ ਏ ਨਹੀਂ ਮੇਰੀ ਗੱਲ ਸੁਣੋ ਮੈਂ ਤੋਂ ਬੜੀ ਫਰੈਸ਼ ਹੋਟ ਐਂਡ ਫਰੈਸ਼ ਮੁਰਗੀ ਕਢਾ ਕੇ ਉਹਨੂੰ ਸਿਵਾ ਕਰਕੇ ਫਿਰ ਮੈਂ ਲੈ ਕੇ ਜਾਣੀਆਂ ਨੇ ਇਹ ਜਿਹੜੀ ਮੁਰਗੀਆਂ ਸਾਹਮਣੇ ਪਈਆਂ ਨੇ ਇਹ ਨਹੀਂ ਮੈਂ ਲੈ ਕੇ ਜਾਣੀਆਂ ਤੁਸੀਂ ਮੁਰਗੀ ਕੱਢੋ ਜਰਾ ਬਾਹਰ ਚੱਲ ਮੈਂ ਤੈਨੂੰ ਕੱਢ ਕੇ ਦੇਣਾ ਹੁਣ ਜਿਹੜੀ ਆ ਗਈ ਨਾ ਉਹ ਲੈ ਕੇ ਤੇ ਮੇਰਾ ਭਰਾ ਨਿਕਲਦਾ ਹੋਈ ਇਹ ਵੇਖ ਚਲੋ ਠੀਕ ਹੈ ਭੈਣ ਇਹ ਲੈ ਉਹ ਭੈਣ ਇੱਧਰ ਲੈ ਆਇਓ ਕੀ ਕਰ ਰਹੇ ਹੋ ਭੈਣ ਹੁਣ ਦੱਸ ਐਵੇਂ ਹੀ ਤੈਨੂੰ ਪੈਕ ਕਰਕੇ ਦੇ ਦਾਂ ਭੈਣ ਇੱਧਰ ਆਓ ਤੇ ਸਹੀ ਬੋਲੋ ਇਹ ਵੇਖ ਇਹ ਕਿਲੋ ਦੀ ਏ ਲੈ ਲੈ ਵੇਖ ਲਿਆ ਜੇ ਇੱਧਰ ਆਓ ਤੋਲੋ ਵੇਖ ਲਿਆ ਭੈਣ ਪੂਰੀ ਪੂਰੀ ਤੁਲਣੀ ਚਾਹੀਦੀ ਹੈ ਇਹਦੀ ਸਿਰ ਬਾਹਰ ਆ ਰਿਹਾ ਸਿਰ ਨੂੰ ਵੀ ਅੰਦਰ ਕਰੋ ਜ਼ਰਾ ਹੁਣ ਸਹੀ ਹੈ ਸ਼ੋਰ ਕਰ ਰਿਹਾ ਸ਼ੋਰ ਦਾ ਵੀ ਵਜ਼ਨ ਐਡ ਹੋ ਰਿਹਾ ਯਾਰ ਮੇਰਾ ਭਰਾ ਤੂੰ ਮੁਰਗੀ ਨੂੰ ਪਹਿਲੇ ਚੁੱਪ ਕਰਾਓ ਇਹਨੂੰ ਪਾਣੀ ਪਿਓ ਭੈਣ ਯਾਰ ਇਹਨੂੰ ਮੈਂ ਕਿਵੇਂ ਚੁੱਪ ਕਰਾਵਾਂ ਖੋਤੇ ਪਾਣੀ ਪੀਂਦੇ ਨੇ ਉਹਨੂੰ ਤੇ ਪਿਓ ਨਾ ਤੂੰ ਚੁੱਪ ਕਰਾਵਾ ਇਹਦਾ ਸ਼ੋਰ ਦਾ ਵਜ਼ਨ ਆ ਰਿਹਾ ਮੈਂ ਸ਼ੋਰ ਹੀ ਨਹੀਂ ਕਰਦਾ ਤੂੰ ਮੇਰਾ ਭਰਾ ਉਹ ਵਾਲੀ ਖਾ ਜਿਹੜੀ ਕੱਟੀ ਹੋਈ ਏ ਇਹਨੂੰ ਛੱਡ ਤੇ ਆਓ ਇਹ ਤੇਰੇ ਵਸੋਂ ਕੰਮ ਬਾਹਰ ਏ ਭੈਣ ਇੱਧਰ ਤੇ ਆਓ ਗੱਲ ਤੇ ਸੁਣੋ ਉਹ ਭੈਣ ਤੁਸੀਂ ਮੁਰਗੀ ਵਾਪਸ ਕਿਉਂ ਰੱਖਤੀ ਜੇ ਤੇ ਭੈਣ ਜਦੋਂ ਤੁਸੀਂ ਲੈਣੀ ਨਹੀਂ ਤੇ ਮੈਂ ਰੱਖਣੀ ਏ ਬਹਿਸ ਕੀਤੀ ਇਹਨੇ ਤੂੰ ਦੱਸ ਵੀ ਤੇ ਸਹੀ ਕਿਹੜੀ ਚਾਹੀਦੀ ਆ ਉਹ ਯਾਰ ਮੁਰਗੀ ਬਾਹਰ ਕੱਢ ਉਹ ਸਾਈਆਂ ਦੇ ਥੜੇ ਮੁਰਗੀ ਬਾਹਰ ਕੱਢ ਇੱਕ ਮਿੰਟ ਪਹਿਲੇ ਮੇਰੀ ਗੱਲ ਸੁਣ ਲੈ ਹਾਂ ਯਾਰ ਗੱਲ ਸੁਣ ਲੈ ਪਹਿਲੇ ਯਾਰ ਮੈਂ ਸੁਣਾ ਮੈਂ ਪਸੰਦ ਦੀ ਮੁਰਗੀ ਲੈਣੀ ਏ ਕਿਉਂਕਿ ਅਸੀਂ ਜਿਹੜਾ ਗੋਸ਼ ਖਾਂਦੇ ਹਾਂ ਨਾ ਮੁਰਗੀ ਦਾ ਉਹ ਆਪਣੇ ਅੱਖਾਂ ਸਾਹਮਣੇ ਜ਼ਿਬਾ ਕਰਵਾਉਂਦੇ ਹਾਂ ਅਤੇ ਇਹ ਮੁਰਗੀ ਦੇ ਲੱਤਾਂ ਯਾਰ ਮੈਨੂੰ ਨਹੀਂ ਸਹੀ ਲੱਗ ਰਹੀਆਂ ਤੂੰ ਕੱਢ ਯਾਰ ਇਹ ਮੁਰਗੀ ਕੀ ਕੰਪੇ ਟੰਗ ਰਹੀ ਹੈ ਇਸਲਾਮਾਬਾਦ 'ਚ ਆਈ ਹੈ ਕਹਿੰਦੇ ਪਰੇਸ਼ਾਨ ਅੱਖਾਂ ਨਾਲ ਵੇਖ ਰਹੀ ਹੈ ਯਾਰ ਇਹ ਲਈ ਆਹੋ ਇਹ ਹੀ ਨਹੀਂ ਨਹੀਂ ਇਹ ਲਈ ਇਹ ਚੱਲ ਇਹ ਹੀ ਕੱਢ ਲੈ ਯਾਰ ਹਾਂ ਭੈਣ ਤੋਲੋ ਨਾ ਕੀ ਇੱਧਰ ਮੈਨੂੰ ਵਿਖਾਈ ਜਾ ਰਹੇ ਮੈਂ ਮੁਰਗੀ ਘਰ ਲੈ ਜਾਂ ਪਾਗਲ ਤਾਂ ਨਹੀਂ ਹੈਗੇ ਤੁਸੀਂ ਤੋਲਾਂ ਦੁਬਾਰਾ ਜੇ ਅਗਰ ਤੂੰ ਆਖਿਆ ਫਿਰ ਮੈਂ ਤੈਨੂੰ ਦੱਸਾਂਗਾ ਪੀਤੀ ਹੈ ਡੋਲੀ ਅੱਜ ਕੀ ਖੱਪ ਜੇ ਆ ਜਾਂਦੀ ਆਵਾਮ ਭੈਣ ਤੁਹਾਡੇ ਹੱਥ ਦਾ ਵਜ਼ਨ ਆ ਰਿਹਾ ਨਾ ਇਹ ਭੈਣ 2 ਕਿਲੋ ਇਹ ਵੀ ਬਾਹਰ ਆ ਰਹੀ ਹੈ ਵੀ ਜ਼ਰਾ ਹੈਲੋ ਹੁਣ ਕਿੰਨਾ ਵਜ਼ਨ ਇਹ ਖਲੋ ਕੇ ਗਈ ਹੈ ਭੈਣ ਭੈਣ ਜ਼ਿੰਦਾ ਹੈਗੀ ਤੇ ਖਲੋਏਗੀ ਤੇ ਭੈਣ ਥੱਲੇ ਆ ਕੇ ਚਾਹੀਦਾ ਵੇਖੋ ਕਿੰਨਾ ਵਜ਼ਨ ਆਇਆ 2 ਕਿਲੋ ਤੇ ਮੈਨੂੰ ਭੈਣ ਕਿਲੋ ਚਾਹੀਦੀ ਹੈ ਕਿਲੋ ਚਾਹੀਦੀ ਹੈ ਇਸ ਤਰ੍ਹਾਂ ਕਰੋ ਵਿੱਚੋਂ ਅੱਧੀ ਕੱਢ ਲਓ ਅੱਧੀ ਕੱਢ ਨਾ 2 ਕਿਲੋ ਹੈਗੀ ਮੈਂ ਹੁਣ ਤੂੰ ਆਖਿਆ ਮੁਰਗੀ ਚਾਹੀਦੀ ਤੇ 2 ਕਿਲੋ ਹੀ ਲੱਭਣੀ ਹੈ ਤੈਨੂੰ ਹੁਣ ਭੈਣ ਵਿੱਚੋਂ ਤੁਸੀਂ ਇਹ ਖੰਭ ਵਗੈਰਾ ਕੱਢ ਲਓ ਨਾ ਸਿਰੀ ਪਾਏ ਕੱਢ ਲਓ ਉਹਦੇ ਨਾਲ ਤੈਨੂੰ ਲੱਭਣੀ ਹੈ 2 ਕਿਲੋ ਮੈਨੂੰ ਕਿਲੋ ਚਾਹੀਦੀ ਹੈ ਨਾ ਭੈਣ ਯਾਰ ਤੈਨੂੰ ਮੁਰਗੀ ਚਾਹੀਦੀ ਹੈ ਜਾਂ ਤੈਨੂੰ ਜਨਾਹ ਦਾ ਖੰਭ ਖੁੰਭ ਚਾਹੀਦੇ ਨੇ ਚਲੋ ਇੱਧਰ ਆਓ ਨਾ ਬਾਕੀ ਤੁਸੀਂ ਇਸ ਤਰ੍ਹਾਂ ਕਰੋ ਇਹ ਰਹਿਣ ਦਿਓ ਇੱਧਰ ਆ ਕੇ ਇਹ ਕਰ ਦਿਓ ਫਿਰ ਇਹ ਹੀ ਤੋਲ ਇਹ ਤੋਂ ਕਢਾਈਏ ਉਹ ਤੁਸੀਂ ਮੈਨੂੰ ਕਿਲੋ ਚਾਹੀਦੀ ਹੈ ਤੁਸੀਂ ਇਸ ਤਰ੍ਹਾਂ ਕਰੋ ਨਾ ਫਿਰ ਇਹਦੇ ਖੰਭਾ ਖੁੰਭਾ ਕੱਢ ਲਓ ਬਾਹਰ ਤੁਸੀਂ ਜਾਂ ਇੱਕ ਅੱਖ ਕੱਢ ਲਓ ਬਾਹਰ ਐਵੇਂ ਅੱਖ ਉੱਖਾਂ ਮਾਰ ਦੇ ਤੈਨੂੰ ਮੈਂ ਸ਼ਹਿ ਦੇਣਾ ਅੱਛਾ ਭੈਣ ਮੁਰਗੀਆਂ ਤੁਹਾਡੀਆਂ ਆਉਂਦੀਆਂ ਤੈਨੂੰ ਮੈਂ ਖੰਭ ਖੁੰਭ ਕੱਢ ਕੇ ਦੇਣਾ ਤੂੰ ਸਾਹ ਲੈ ਮੁਰਗੀਆਂ ਆਉਂਦੀਆਂ ਕਿੱਥੋਂ ਨੇ ਭੈਣ ਹੈ ਭੈਣ ਪੱਧਰ ਤੇ ਆਓ ਗਾਹਕ ਤੇ ਵੇਲਾ ਕਰ ਦਿਓ ਪਹਿਲੇ ਮੁਰਗੀ ਰੱਖਣ ਲੱਗ ਗਏ ਹੱਥ 'ਚ ਫੜ ਲਓ ਕੀ ਇਹ ਮੁਰਗੀ ਹੱਥ 'ਚ ਫੜ ਕੇ ਆਓ ਜ਼ਰਾ ਨਾਲ ਨਾਲ ਗੋਸ਼ ਬਣਾਓ ਨਾਲ ਇਹਨਾਂ ਨੂੰ ਮੋਢੇ ਦਬਾਓ ਮੇਰਾ ਭਰਾ ਇਹ ਲੈ ਅੱਖ ਵਾਲੀ ਮੁਰਗੀ ਠੀਕ ਹੈ ਇਹਦੇ ਨਾਲ ਜਾ ਕੇ ਘਰ ਗੁਜ਼ਾਰਾ ਕਰ ਜਾ ਇਹਨਾਂ ਨੂੰ ਗੋਸ਼ ਦਿਓ ਇਹ ਹੱਡੀਆਂ ਖਾਣਾ ਸਿਰ ਰੱਖੀਆਂ ਇਹ ਤਾਂ ਸੁੱਟ ਦਿਓ ਅੱਛਾ ਭੈਣ ਮੈਂ ਤੈਨੂੰ ਨਾ ਗੋਸ਼ ਬਣਾ ਕੇ ਦੇ ਰਿਹਾ ਘਰ ਨਾ ਸਾਡੇ ਮਹਿਮਾਨ ਆਏ ਨੇ ਅਤੇ ਮੈਂ ਚਾਹ ਰਿਹਾ ਮੈਨੂੰ ਨਾ ਕੋਈ ਐਸੀ ਮੁਰਗੀ ਦਿਓ ਜਿਹੜੀ ਇੱਥੋਂ ਪੈਦਲ ਜਾਏ ਅਤੇ ਘਰ ਜਾ ਕੇ ਖੋ ਜ਼ਿਬਾ ਹੋ ਜਾਏ ਘਰ ਜਾ ਕੇ ਜ਼ਿਬਾ ਹੋ ਜਾਏ ਹਾਂਜੀ ਅਤੇ ਮੇਰਾ ਭਰਾ ਤੂੰ ਮੁਰਗੀ ਨਾ ਲੈ ਹਾਂਜੀ ਤੂੰ ਇਹ ਕਤਰੀਨਾ ਕੈਫ ਲੈ ਲੈ ਉਹ ਜਾ ਕੇ ਜ਼ਿਬਾ ਹੋਏਗੀ ਆਪੀ ਊਂਠ ਦਾ ਗੋਸ਼ ਹੈਗਾ ਜੇ ਊਂਠ ਦਾ ਹਾਂਜੀ ਊਂਠ ਲਿਆ ਦਿਓ ਅਸੀਂ ਕੱਟ ਦਿੰਦੇ ਹਾਂ ਚਲੋ ਇਸ ਤਰ੍ਹਾਂ ਕਰੋ ਮੈਨੂੰ ਨਾ 5 ਦਰਜਨ ਦਾ ਸ਼ਿਤਰ ਮੁਰਗ ਦਾ ਗੋਸ਼ ਕਰ ਦਿਓ ਕੀ ਸ਼ਿਤਰ ਮੁਰਗ ਦਾ ਗੋਸ਼ ਕਰ ਦਿਓ 5 ਦਰਜਨ ਯਾਰ ਮੈਂ ਇੱਥੇ ਦੁਕਾਨ ਮੁਰਗੀਆਂ ਵਾਲੀ ਖੋਲ੍ਹੀ ਹੈ ਚਿੜੀਆ ਘਰ ਖੋਲ੍ਹਿਆ ਚਲੋ ਇਹ 1 ਮਿੰਟ ਭੈਣ ਤੁਹਾਨੂੰ ਪੂਰਾ ਹੀ ਲੱਗ ਰਿਹਾ ਬੜਾ ਜ਼ਬਰਦਸਤ ਅੱਛਾ ਇਹ ਤੁਹਾਨੂੰ ਜ਼ਰਾ ਸਾਫ਼ ਕਰਕੇ ਨਾ ਤੋਲ ਦਿਓ
ਤੇ ਅੱਗੇ ਨੂਲੀ ਲੱਗੀ ਹੈ ਸਾਫ ਹੀ ਹੈ ਭੈਣ ਸਾਹਿਬ ਗੋਸ਼ ਚਾਹੀਦਾ ਕਰੋ ਤੇ ਸਹੀ ਕੋਈ ਕੰਮ ਤੇ ਕਰੋ ਵੇਲੇ ਗੱਲਾਂ ਮੇਰਾ ਭਰਾ ਤੈਨੂੰ ਜਿਹੜਾ ਗੋਸ਼ ਦੇ ਰਿਹਾ ਨਾ ਉਹ ਚੁੱਪ ਕਰਕੇ ਲੈ ਇਹ ਤੁਸੀਂ ਮੈਨੂੰ ਵਧੀਆ ਦੇ ਰਹੇ ਹੋ ਭੈਣ ਸਹੀ ਤਰ੍ਹਾਂ ਕੋਈ ਚਲੋ ਇਹ ਲੈ ਲਓ ਅੱਛਾ ਮੈਂ ਤੁਹਾਨੂੰ ਗੱਲ ਪੁੱਛਣਾ ਤਾਂ ਇਹ ਤਾਂ ਦੱਸੋ ਮੁਰਗੀਆਂ ਤੁਹਾਡੀਆਂ ਆਉਂਦੀਆਂ ਕਿੱਥੋਂ ਨੇ ਮੁਰਗੀਆਂ ਕਿੱਥੋਂ ਆਉਂਦੀਆਂ ਨੇ ਤੁਹਾਡੀਆਂ ਇਹ ਸ਼੍ਰੀਲੰਕਾ ਤੋਂ ਤੇ ਕਿਵੇਂ ਲੈ ਕੇ ਆਉਂਦੇ ਹੋ ਕਿਵੇਂ ਲੈ ਕੇ ਆਉਂਦੇ ਜਹਾਜ਼ ਤੇ ਅੱਜ ਇਹਨਾਂ ਨੂੰ ਕੋਈ ਪਾਣੀ ਛਾਣੀ ਪਿਆਉਂਦੇ ਹੋ ਕੋਈ ਖਾਣਾ ਛਾਣਾ ਖਵਾਉਂਦੇ ਹੋਟਲ ਮੇਰੇ ਵਰਗੇ ਜਹਾਜ਼ ਨਾ ਸਾਨੂੰ ਲੱਭਦੇ ਨੇ ਅੱਛਾ ਉਹਨਾਂ ਦੇ ਉੱਤੇ ਅਸੀਂ ਬਹਾ ਕੇ ਲੈ ਆਉਂਦੇ ਹਾਂ ਨਹੀਂ ਨਹੀਂ ਮੈਂ ਨਹੀਂ ਪੁੱਛ ਰਿਹਾ ਰਾਹ 'ਚ ਮੁਰਗੀਆਂ ਨੂੰ ਕੋਈ ਰੈਸਟੋਰੈਂਟ 'ਚ ਲੈ ਕੇ ਜਾਂਦੇ ਹੋ ਕੋਈ ਖਾਣਾ ਛਾਣਾ ਕੋਈ ਚਾਹ ਪਾਣੀ ਪਿਆਉਂਦੇ ਹੋ ਕਿ ਨਹੀਂ ਹਾਂ ਸਾਰਾ ਕੁਝ ਕਰਨੇ ਆ ਤੇ ਖੁਦ ਤੇ ਨਹੀਂ ਪੀਂਦੇ ਖੁਦ ਪੀਂਦੇ ਜਦੋਂ ਉਹਨਾਂ ਨੂੰ ਖਵਾਤਾ ਤੇ ਸਾਨੂੰ ਕੀ ਲੋੜ ਹੈ ਅੱਛਾ ਇਹ ਤਾਂ ਕੰਮ ਤਾਂ ਸਹੀ ਤਰ੍ਹਾਂ ਕਰੋ ਨਾ ਤੁਸੀਂ ਭੈਣ ਬੰਦਾ ਕਿਹੋ ਜਿਹਾ ਰੱਖਿਆ ਜਿਹਨੂੰ ਕੰਮ ਹੀ ਨਹੀਂ ਕਰਨਾ ਆਉਂਦਾ ਉਹ ਵੇਖੋ ਹੱਡੀਆਂ ਥੱਲੇ ਸੁੱਟੀ ਜਾ ਰਿਹਾ ਗੋਸ਼ ਸਾਰਾ ਯਾਰ ਤੈਨੂੰ ਗੋਸ਼ ਬਣਾ ਕੇ ਦੇ ਰਿਹਾ ਤੂੰ ਗੋਸ਼ ਲੈ ਤੇ ਮੇਰਾ ਭਰਾ ਨਿਕਲਦਾ ਉਹ ਯਾਰ ਕੰਮ ਤੇ ਸਹੀ ਕਰ ਕੰਮ ਦਾ ਟਾਈਮ ਹੈ ਤੂੰ ਸਿਰ ਖਾਈ ਜਾ ਰਿਹਾ ਅੱਛਾ ਮੈਨੂੰ ਜਿਹੜਾ ਮੈਨੂੰ ਜਿਹੜੀ ਬੋਡੀ ਚਾਹੀਦੀ ਨਾ ਉਹ ਐਡੀ ਵੱਡੀ ਵੱਡੀ ਚਾਹੀਦੀ ਹੈ ਚਿਕਨ ਪਹਿਲਾਂ ਫੜ ਤੇ ਜਾ ਉਹ ਐਡੀ 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 ਵੱਡੀ ਵੱਡੀ ਬੋਡੀ ਕਰ ਪੈਸੇ ਦੇ ਕੇ ਜਾਈ ਚੋਰਾ ਚੱਲ ਵੱਡੀ ਵੱਡੀ ਬੋਟੀ ਕਰ ਦਰ ਐਡੀ ਵੱਡੀ ਵੱਡੀ ਬੋਟੀ ਕਰ ਤਾਂ ਕਿ ਪੱਕੇ ਤੇ ਆਸਾਨੀ ਹੋ ਜਾ ਇੰਨੀ ਵੱਡੀ ਤੇ ਇਸ ਤੋਂ ਵੱਡੀ ਮੈਂ ਤੈਨੂੰ ਕਿਹੜੀ ਕਰ ਕੇ ਦਵਾਂ ਯਾਰ ਵੱਡੀ ਬੋਟੀ ਕਰ ਦੇਣਾ ਕਿਉਂਕਿ ਸਾਡੇ ਮਹਿਮਾਨ ਆ ਰਹੇ ਨੇ ਬੜੀ ਦੂਰੋਂ ਇੱਕ ਮਿੰਟ ਸਾਹ ਲੈ ਇੰਨੀ ਸਹੀ ਹੈ ਕੋਈ ਸਹੀ ਲੁੱਕ ਆਫਟਰ ਵਾਲੀ ਮੁਰਗੀ ਦੇ ਤੇਰੀ ਕਿਉਂਕਿ ਤੇਰੀ ਤਾਂ ਲੁੱਕ ਹੈ ਐ ਲੈ ਪੂਰੀ ਮੁਰਗੀ ਫੜ ਯਾਰ ਤੂੰ ਸਹੀ ਲੁੱਕ ਆਫਟਰ ਵਾਲੀ ਮੁਰਗੀ ਦੇ ਤਾਂ ਮੈਂ ਪਹਿਲੇ ਵੀ ਗਿਆ ਤੇ ਲੁੱਕ ਆਫਟਰ ਹੀ ਹੈਗੀ ਨਾ ਮੁਰਗੀ ਇਹ ਹੈਗੀ ਤੇ ਸਿਰ ਉਹ ਹੈ ਮੈਂ ਤਾਂ ਆਪੇ ਕਰਾਂਦਾ ਰਹੀ ਇਹ ਤਾਂ ਤੈਨੂੰ ਵੇਖ ਕੇ ਵੈਸੇ ਹੀ ਮਾਫੀ ਮੰਗ ਰਹੀ ਹੈ ਯਾਰ ਵੀ ਕੱਲੀ ਮੁਰਗੀ ਕੱਢ